ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿਆ ਕਿਆ ਤੁਧ ਕਰਮ ਕਮਾਇਆ। ਕਦੇ ਆਪਣੇ ਆਪ ਨੂੰ ਇਹ ਸਵਾਲ ਕਰੀਏ ਕੀ ਕੀਤਾ ਕੀ ਹੈ ਸੰਸਾਰ ਤੇ ਆਣ ਕੇ। ਕਈਆਂ ਨੇ ਬਿਨਾਂ ਕਾਗਜ਼ ਤੇ ਨਹੀਂ ਲਿਖੇ ਪਰ ਬਦਾਵੇ ਅਸੀਂ ਵੀ ਦਿੱਤੇ ਆ ਗੁਰੂ ਨੂੰ। ਅਸੀਂ ਵੀ ਕਿਹਾ ਹੋਇਆ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਅਸੀਂ ਦੂਰ ਅਸੀਂ ਛਡਾ ਛਡਾ ਭੱਜਦੇ ਹਾਂ, ਉਹ ਤੇ ਸਾਡਾ ਬਣਦਾ, ਅਸੀਂ ਗੁਰੂ ਦੇ ਬਣਦੇ। ਵਾਹਿਗੁਰੂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਅਸੀਂ ਖੱਤੇ ਬਹੁਤ ਗੁਮਾਉਂਦੇ ਕਿਛ ਅੰਤ ਨਾ ਪਾਰਾ ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਣ ਹਾਂਗਾ ਹਉ ਅਪਰਾਧੀ ਗੁਣ ਹਾਂਗਾ ਪਰ ਘਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ ਹਉ ਬਾਰਕ ਤੇਰਾ ਰਾਮਈਆ ਬਾਰਕ ਤੇਰਾ ਰਾਮਈਆ ਬਾਰਕ ਤੇਰਾ
Bye.
ਪਿਆਰੇ ਨੇ ਰੱਬ ਨੂੰ ਸੰਗਤੇ ਜੋ ਮਾਵਾ ਨੂੰ
ਗੁਰਾਂਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਸਤਿਗੁਰੂ ਦੀ ਸਤ ਸੰਗਤ ਆਓ ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਨੂੰ ਸੀਸ ਝੁਕਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਵੀ ਵਾਂਝਾ ਨਾ ਰਵੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇ ਤੇਰਾ ਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡ ਸਭ ਗੁਣ ਮੇਰਾ ਬੱਚਾ ਬੜੀਆਂ ਗਲਤੀਆਂ ਕਰਦਾ ਹੈ ਵਾਰ ਵਾਰ ਭੁੱਲਦਾ ਹੈ ਵਾਰ ਵਾਰ ਗਲਤੀਆਂ ਕਰਦਾ ਹੈ ਪਰ ਗਲਤੀਆਂ ਕਰਨ ਨਾਲ ਉਹ ਮਾਂ ਨੂੰ ਮਾੜਾ ਨਹੀਂ ਲੱਗਣ ਲੱਗ ਪੈਂਦਾ ਮਾਂ ਨੂੰ ਫਿਰ ਵੀ ਪਿਆਰਾ ਲੱਗਦਾ ਆਪਣਾ ਲੱਗਦਾ ਮਾਂ ਦਾ ਹਿਰਦਾ ਇੱਦਾਂ ਦਾ ਹੁੰਦਾ ਵੱਡੇ ਤੋਂ ਵੱਡਾ ਗੁਨਾਹ ਪੁੱਤਰ ਕਰ ਲਵੇ ਨਸ਼ੇੜੀ ਹੋਵੇ ਰੋਜ਼ ਨਸ਼ਾ ਕਰਦਾ ਹੋਵੇ ਚੋਰੀਆਂ ਕਰਦਾ ਹੋਵੇ ਪਰ ਮਾਂ ਨੂੰ ਫਿਰ ਵੀ ਉਹ ਆਪਣਾ ਪੁੱਤਰ ਪਿਆਰਾ ਲੱਗਦਾ ਬੜੇ ਗੁਨਾਹਾਂ ਤੇ ਪਰਦਾ ਪਾਉਣ ਦਾ ਯਤਨ ਕਰਦੀ ਹੈ ਇਹ ਸੁਭਾਅ ਹੀ ਹੈ ਇੱਕ ਮਾਂ ਦਾ ਇੱਕ ਔਰਤ ਦਾ ਆਪਣੇ ਬੱਚੇ ਪ੍ਰਤੀ ਕਹਿੰਦੇ ਜਿੰਨੀਆਂ ਮਰਜ਼ੀ ਗਲਤੀਆਂ ਕਰੇ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰੱਖਸ ਤੇਤੇ ਜੰਮਣ ਵਾਲੀ ਮਾਂ ਨਹੀਂ ਚੇਤੇ ਰੱਖਦੀ ਇਸੇ ਤਰ੍ਹਾਂ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡ ਸਭ ਗੁਣ ਮੇਰਾ ਮੈਂ ਵੀ ਮਾਲਕਾ ਤੇਰਾ ਬੱਚਾ ਹਾਂ ਕਿਉਂ ਨਹੀਂ ਫਿਰ ਮੇਰਾ ਗੁਨਾਹ ਬਖਸ਼ਦਾ ਕਿਉਂ ਨਹੀਂ ਮੇਰੇ ਅੰਦਰੋਂ ਮੈਲ ਕੱਢਦਾ ਮੈਨੂੰ ਕਿਉਂ ਨਹੀਂ ਆਪਣੇ ਚਰਨਾਂ ਨਾਲ ਜੋੜ ਲੈਂਦਾ ਭਗਤਾਂ ਦੀ ਰੱਬ ਦੇ ਪਿਆਰਿਆਂ ਦੀ ਫਰਿਆਦ ਰਾਮ ਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡ ਸਭ ਗੁਣ ਮੇਰਾ ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਪੀ ਚੀਤ ਨਾ ਰੱਖ ਸਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰ ਭਾਵੇਂ ਜਿੰਨਾ ਮਰਜ਼ੀ ਗੁੱਸਾ ਵੀ ਹੋਵੇ ਪਰ ਫਿਰ ਵੀ ਗੁੱਸੇ ਵਿੱਚ ਵੀ ਮਾਂ ਆਪਣੇ ਬੱਚੇ ਦਾ ਬੁਰਾ ਨਹੀਂ ਕਰਦੀ ਤੇ ਗੁਰੂ ਸਾਹਿਬ ਤੇ ਕਈ ਗੁਣਾ ਵੱਧ ਕੇ ਪ੍ਰੇਮ ਕਰਦੇ ਨੇ ਸੱਚੇ ਪਾਤਸ਼ਾਹ ਤੇ ਪਿਆਰ ਦੇ ਪ੍ਰੇਮ ਦੇ ਦਇਆ ਦੇ ਸਾਗਰ ਹਨ ਪਰ ਅਸੀਂ ਸਤਿਗੁਰੂ ਦੇ ਨੇੜੇ ਨਹੀਂ ਜਾਂਦੇ ਅਸੀਂ ਨਹੀਂ ਨੇੜੇ ਲੱਗਦੇ ਗੁਰੂ ਤੇ ਬਖਸ਼ਦਾ ਹੈ ਜਿਵੇਂ ਮਾਂ ਦਾ ਸੁਭਾਅ ਨਾ ਆਪਣੇ ਬੱਚੇ ਦੇ ਉਗਣ ਬਖਸ਼ ਦਿੰਦੀ ਹੈ ਗੁਰੂ ਦਾ ਸੁਭਾਅ ਵੀ ਇਹੋ ਜਿਹਾ ਹੈ ਪਰ ਕੋਈ ਸਤਿਗੁਰਾਂ ਦੇ ਚਰਨਾਂ ਵਿੱਚ ਆਵੇ ਗੁਰੂ ਦਾ ਬਣੇ ਸਤਿਗੁਰੂ ਦਾ ਹੋ ਜਾਏ ਤੇ ਗੁਰੂ ਸਾਹਿਬ ਵੀ ਬਖਸ਼ ਦਿੰਦੇ ਆ ਪਰ ਆਪਣਾ ਸੁਭਾਅ ਆਪਾਂ ਛਡਾ ਛਡਾ ਕੇ ਭੱਜਦੇ ਹਾਂ ਬਾਕੀ ਸਾਰੇ ਪਾਸੇ ਰਿਸ਼ਤਾ ਜੋੜਨੇ ਆ ਨਾਤਾ ਜੋੜਨੇ ਆ ਪਰ ਗੁਰੂ ਨਾਲ ਨਾਤਾ ਨਹੀਂ ਜੋੜਦੇ ਗੁਰੂ ਤੋਂ ਅਸੀਂ ਜਾਨ ਛਡਾਉਂਦੇ ਹਾਂ ਖਿਹੜਾ ਛਡਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਪਰ ਸੁਭਾਅ ਜੇ ਬਣ ਜਾਏ ਨਾ ਸਤਿਗੁਰੂ ਨਾਲ ਪ੍ਰੀਤ ਪਾ ਲਈਏ ਜਿਨ੍ਹਾਂ ਨੇ ਗੁਰੂ ਨਾਲ ਪ੍ਰੀਤ ਪਾਈ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਹੈ ਉਹਨਾਂ ਨੂੰ ਨਹੀਂ ਪਤਾ ਜਿਨ੍ਹਾਂ ਨੇ ਇਹ ਰਸ ਚੱਖਿਆ ਹੀ ਨਹੀਂ ਜਿਨ੍ਹਾਂ ਨੇ ਇਹ ਸਵਾਦ ਲਿਆ ਹੀ ਨਹੀਂ ਆਨੰਦ ਲਿਆ ਹੀ ਨਹੀਂ ਜਿਨ੍ਹਾਂ ਨੇ ਇਹ ਆਨੰਦ ਮਾਣਿਆ ਉਹ ਚਰਖੜੀਆਂ ਤੇ ਚੜ੍ਹ ਕੇ ਵੀ ਨਹੀਂ ਛੱਡਦੇ ਉਹ ਆਰਿਆਂ ਦੇ ਥੱਲੇ ਵੀ ਪ੍ਰੀਤ ਨਹੀਂ ਛੱਡਦੇ ਰਹੇ ਉਹਨਾਂ ਨੇ ਨਿਭਾਈ ਫਿਰ ਜਿਨ੍ਹਾਂ ਨੇ ਰਸ ਮਾਣਿਆ ਕਿ ਇਹ ਪ੍ਰੀਤ ਸਤਿਗੁਰੂ ਦੀ ਪ੍ਰੀਤ ਕਿੱਡੀ ਵੱਡੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਨਾ ਨੌ ਮਹੀਨੇ ਘੇਰਾ ਪਿਆ ਰਿਹਾ ਖਾਣ ਪੀਣ ਦੀਆਂ ਵਸਤੂਆਂ ਕਿਲੇ ਚੋਂ ਖਤਮ ਹੋ ਗਈਆਂ ਰਾਸ਼ਨ ਜੋ ਲੰਗਰ ਪ੍ਰਸ਼ਾਦਾ ਸੀ ਚਾਲਾ ਪਾ ਗਿਆ ਆਨੰਦਪੁਰ ਸਾਹਿਬ ਦੀ ਧਰਤੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਘੇਰਾ ਪਿਆ ਬੜਾ ਦੁੱਖ ਦਾ ਸਮਾਂ ਹੈ
ਮੁਸੀਬਤ ਦਾ ਸਮਾਂ ਹੈ, ਰਾਸ਼ਨ ਚਾਲਾ ਪਾ ਗਿਆ, ਲੰਗਰ ਆਟਾ ਮੁੱਕ ਗਿਆ, ਦਾਲਾਂ ਮੁੱਕ ਗਈਆਂ, ਸਭ ਕੁਛ ਖਤਮ ਹੋ ਗਿਆ। ਤੇ ਇਤਿਹਾਸ ਵਿੱਚ ਇੱਥੋਂ ਤੱਕ ਵੀ ਲਿਖਿਆ ਕਿ ਸੱਕ ਲਾ ਲਾ ਕੇ ਦਰਖਤਾਂ ਦੇ ਵੀ ਖਾਧੇ ਗੁਰੂ ਕੈ ਸਿੰਘਾਂ ਨੇ। ਭੁੱਖ ਦੇ ਦਿਨ ਬੜੇ ਕੱਟੇ, ਬੜਾ ਬੁਰਾ ਦੁੱਖ ਹੈ ਭੁੱਖ ਦਾ। ਜੇ ਪ੍ਰਸ਼ਾਦਾ ਮਿਲਦਾ ਨਾ, ਰੋਟੀ ਖਾਣ ਨੂੰ ਮਿਲਦੀ ਹੈ ਰੋਜ਼, ਤੇ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਵਿਛੋੜੇ ਦਾ ਦੁੱਖ ਹੈ, ਭੁੱਖ ਦਾ ਦੁੱਖ ਬੜਾ ਭਿਆਨਕ। ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਜਿਹੜਾ ਭੁੱਖ ਦਾ ਦੁੱਖ ਹੈ ਬੜਾ ਭਿਆਨਕ ਦੁੱਖ ਹੈ। ਨੌ ਮਹੀਨੇ ਲੰਘ ਗਏ, ਕਈ ਮਹੀਨੇ ਬਿਨਾਂ ਰੋਟੀ ਤੋਂ, ਬਿਨਾਂ ਪ੍ਰਸ਼ਾਦੇ ਤੋਂ, ਅਨਾਜ ਤੋਂ ਲੰਘ ਗਏ। ਪਰੇਸ਼ਾਨ ਹੋ ਗਏ ਸਿੱਖ ਵੀ, ਮਹਾਰਾਜ ਇੰਨੀ ਭੁੱਖ ਨਹੀਂ ਚੱਲੀ ਜਾਂਦੀ ਸੱਚੇ ਪਾਤਸ਼ਾਹ, ਕਿਰਪਾ ਕਰੋ ਕੋਈ ਅਨਾਜ ਦਾ ਪ੍ਰਬੰਧ ਹੋ ਜਾਏ। ਹੁਣ ਚਾਰੇ ਪਾਸਿਓਂ ਤੇ ਘੇਰਾ ਪਿਆ ਹੋਇਆ, ਬਾਹਰੋਂ ਅਨਾਜ ਆਉਣਾ ਬੰਦ ਹੋ ਗਿਆ, ਅੰਦਰ ਵਾਲਾ ਚਾਲਾ ਪਾ ਗਿਆ। ਫਿਰ ਇੱਥੋਂ ਤੱਕ ਭੁੱਖ ਤੋਂ ਸਤਾਇਆ ਨੇ ਗੁਰੂ ਗੋਬਿੰਦ ਸਿੰਘ ਨੂੰ ਜਾ ਕੇ ਆਖਿਆ, ਮਹਾਰਾਜ ਸਾਨੂੰ ਛੁੱਟੀ ਦੇ ਦਿਓ, ਭੁੱਖਿਆ ਨਹੀਂ ਲੜਿਆ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਕੋਈ ਨੀ ਭਾਈ, ਥੋੜੇ ਦਿਨ ਨੇ, ਕੱਟ ਲਓ ਹੋਰ, ਆਪੇ ਸਮਾਂ ਬਦਲ ਜਾਏਗਾ, ਟਲ ਜਾਏਗਾ ਸਮਾਂ, ਆਪਾਂ ਚਲੇ ਜਾਵਾਂਗੇ ਅੱਗੇ। ਮਹਾਰਾਜ ਨੇ ਪਰਖਿਆ ਹੀ, ਕਹਿੰਦੇ ਨਹੀਂ ਮਹਾਰਾਜ, ਭੁੱਖ ਚੱਲੀ ਨਹੀਂ ਜਾਂਦੀ ਹੁਣ, ਸੱਚੇ ਪਾਤਸ਼ਾਹ ਸਾਨੂੰ ਤੇ ਜਾਣ ਹੀ ਦਿਓ, ਤੁਸੀਂ ਇੱਥੋਂ ਅਸੀਂ ਚੱਲੇ ਹਾਂ। ਮਹਾਰਾਜ ਭੁੱਖੇ ਮਰਨਾ ਬੜਾ ਔਖਾ ਹੈ, ਲੜਕੇ ਮਰਿਆ ਜਾ ਸਕਦਾ, ਜਾਂ ਤੇ ਹੁਕਮ ਕਰੋ ਮੈਦਾਨੇ ਜੰਗ ਚਲੇ ਜਾਈਏ, ਲੜਕੇ ਸ਼ਹੀਦ ਹੋ ਜਾਈਏ, ਭੁੱਖਿਆ ਨਹੀਂ ਰਿਹਾ ਜਾਂਦਾ। ਭੁੱਖ ਤੋਂ ਤੰਗ ਆਇਆ ਨੇ ਗੁਰੂ ਸਾਹਿਬ ਨੂੰ ਆਖਿਆ, ਮਹਾਰਾਜ ਸਾਨੂੰ ਜਾਣ ਦਿਓ। ਮਹਾਰਾਜ ਕਹਿੰਦੇ, ਫਿਰ ਜੇ ਜਾਣਾ ਨਾ, ਸਾਥ ਛੱਡ ਕੇ ਤੁਹਾਡੀ ਜਾਮਣੀ ਭਰੀ ਹੈ ਮੈਂ, ਜਿੱਦਣ ਤੁਹਾਨੂੰ ਅੰਮ੍ਰਿਤ ਛਕਾਇਆ ਹੈ, ਮੈਂ ਤੁਹਾਡਾ ਜਾਮਨ ਬਣ ਗਿਆ, ਦਰਗਾਹ ਦਾ ਤੁਹਾਡਾ ਵਕੀਲ ਬਣ ਗਿਆ, ਤੁਸੀਂ ਮੇਰੇ ਹੋ, ਮੇਰੇ ਖਾਤੇ ਪਏ ਹੋ, ਜੇ ਜਾਣਾ ਛੱਡ ਕੇ ਜਾਓ, ਫਿਰ ਛੱਡੋ ਦਾਵਾ, ਲਿਖ ਦਿਓ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਜਾਓ ਚਲੇ ਜਾਓ ਜਿੱਥੇ ਜਾਣਾ। ਕਹਿੰਦੇ ਫਿਰ ਇੰਨੇ ਭੁੱਖ ਤੋਂ ਤੰਗ ਆਏ, ਕਈਆਂ ਨੇ ਵਧਾਵਾ ਲਿਖ ਕੇ ਸਾਈਨ ਕਰ ਦਿੱਤੇ, ਨਾਲ ਰਹਿੰਦੇ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ, ਪਰ ਇਹ ਲਿਖ ਦਿੱਤਾ ਇੱਕ ਕਾਗਜ਼ ਦੇ ਟੁਕੜੇ ਤੇ ਲਿਖਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦੇ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਬਦਾਵਾ ਲਿਖ ਕੇ, ਬਦਾਵੇ ਵਾਲਾ ਕਾਗਜ਼ ਥੱਲੇ ਆਪਣੇ ਨਾਂ ਲਿਖ ਕੇ ਚੱਲਿਆ ਗਿਆ। ਮਹਾਂ ਸਿੰਘ ਸੀ ਜਥੇਦਾਰ ਉਹਨਾਂ ਦਾ, ਮਾਝੇ ਦੇ ਰਹਿਣ ਵਾਲੇ ਸਿੱਖ ਗਏ ਇਕੱਠੇ ਹੋ ਕੇ, ਲਓ ਮਹਾਰਾਜ, ਦਿਲ ਤੇ ਨਹੀਂ ਕਰਦਾ ਪਰ ਕੀ ਕਰੀਏ, ਤੰਗ ਬਹੁਤ ਹੋ ਗਏ ਆ। ਬਦਾਵਾ ਲਿਖ ਕੇ ਦੇ ਆਏ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਦਾਵੇ ਵਾਲਾ ਕਾਗਜ਼ ਜੇਬ ਵਿੱਚ ਪਾ ਲਿਆ। ਕਈ ਸਿੱਖ ਸਤਿਗੁਰਾਂ ਦਾ ਸਾਥ ਛੱਡ ਕੇ ਜਦੋਂ ਆਪਣੇ ਘਰਾਂ ਨੂੰ ਵਾਪਸ ਆਏ ਨਾ, ਹੁਣ ਆ ਤੇ ਗਏ ਘਰ ਵਾਲੇ ਸਾਰੇ ਪਰਿਵਾਰ, ਜਿਹੜੇ ਇਲਾਕੇ ਦੇ ਜਿਹੜੇ ਜਿਹੜੇ ਪਿੰਡ ਪਹੁੰਚੇ ਉਹ ਸਾਰੇ ਇਕੱਠੇ ਹੋਏ ਅੱਗੋਂ ਲੈਣ ਆਏ, ਵੇਖਿਆ ਘਰ ਆਏ ਨੇ, ਸਾਰਾ ਪਰਿਵਾਰ ਇੱਦਾਂ ਨੇੜੇ ਬਹਿ ਗਿਆ, ਘਰ ਵਾਲੀਆਂ, ਬੱਚੇ, ਮਾਂ ਪਿਓ, ਗੁਰੂ ਦੀ ਗੱਲ ਸੁਣਾਓ, ਕੋਈ ਗੁਰੂ ਦੀ ਖਬਰ ਸੁਣਾਓ ਸਤਿਗੁਰਾਂ ਦੀ, ਕੀ ਗੱਲ, ਘੇਰਾ ਹਟ ਗਿਆ, ਫੌਜ ਪਿੱਛੇ ਚਲੇ ਗਈ, ਸਮਾਂ ਜਿਹੜਾ ਆਇਆ ਸੀ ਉਹ ਫੌਜਾਂ ਚੜੀਆਂ ਸਨ, ਕਿਲੇ ਨੂੰ ਘੇਰਾ ਪਿਆ ਹੋਇਆ ਸੀ, ਜੰਗ ਮੁੱਕ ਗਈ ਹੈ,
ਕਹਿੰਦੇ ਨਹੀਂ ਜੰਗ ਤੇ ਨਹੀਂ ਮੁੱਕੀ, ਆਪੋ ਆਪਣੇ ਘਰਾਂ ਵਿੱਚ ਬੈਠੇ ਸਾਰੇ, ਜੰਗ ਤੇ ਨਹੀਂ ਮੁੱਕੀ, ਫਿਰ ਕੀ ਗੱਲ ਗੁਰੂ ਸਾਹਿਬ ਨੇ ਤੁਹਾਨੂੰ ਭੇਜਿਆ? ਕਿਉਂ ਕਹਿੰਦੇ ਗੁਰੂ ਸਾਹਿਬ ਨੇ ਨਹੀਂ ਭੇਜਿਆ, ਫਿਰ ਕੀ ਹੋਇਆ? ਘਰ ਵਾਲੀ ਪਾਣੀ ਲੈਣ ਗਈ, ਬੱਚਾ ਗੋਦੀ ਵਿੱਚ ਆ ਕੇ ਬੈਠਾ ਮਹਾਂ ਸਿੰਘ ਦਾ, ਕੀ ਹੋਇਆ? ਤੁਸੀਂ ਘਰਾਂ ਨੂੰ ਕਿਉਂ ਆ ਗਏ? ਕਹਿੰਦੇ ਅਸੀਂ ਗੁਰੂ ਨੂੰ ਬਦਾਵਾ ਲਿਖ ਕੇ ਦੇ ਆਏ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਗੋਦੀ ਵਿੱਚ ਬੈਠਾ ਬੱਚਾ ਉੱਠ ਪਿਆ। ਘਰ ਵਾਲੀ ਪਾਣੀ ਕਹਿੰਦੀ ਮੈਂ ਬੇਮੁੱਖ ਨੂੰ ਪਾਣੀ ਨਹੀਂ ਪਿਆਉਣਾ, ਗੁਰੂ ਤੋਂ ਬੇਮੁੱਖ ਹੋ ਗਿਆ, ਜਿਹੜੇ ਗੁਰੂ ਦੇ ਨਹੀਂ ਬਣੇ ਉਹ ਸਾਡੇ ਕੁਛ ਨਹੀਂ ਲੱਗਦੇ। ਵੇਖੋ ਗੁਰੂ ਨਾਲ ਇੰਨਾ ਪਿਆਰ ਸੀ। ਜੇ ਤੂੰ ਗੁਰੂ ਦਾ ਨਹੀਂ ਬਣਿਆ ਸਾਡਾ ਕੀ ਬਣੇਗਾ? ਜਿਹੜਾ ਗੁਰਾਂ ਦਾ ਬਣਿਆ ਨਹੀਂ ਨਹੀਂ ਉਹ ਸਾਡਾ ਵੀ ਕੁਝ ਲੱਗਦਾ, ਜਿਹੜਾ ਗੁਰੂ ਦਾ ਬਣਿਆ ਨਹੀਂ ਨਹੀਂ ਉਹ ਸਾਡਾ ਵੀ ਕੁਝ ਲੱਗਦਾ, ਜਿਹੜਾ ਗੁਰਾਂ ਦਾ ਬਣਿਆ ਨਹੀਂ ਸਾਡਾ ਵੀ ਕੁਝ ਲੱਗਦਾ, ਜਿਹੜਾ ਗੁਰਾਂ ਦਾ ਬਣਿਆ ਬੀਬੀਆਂ ਚੂੜੀਆਂ ਲਿਆ ਲਿਆ ਕੇ ਦਿੰਦੀਆਂ ਨੇ, ਆਹ ਪਾ ਲਓ ਘਰਾਂ ਵਿੱਚ ਬਹਿ ਜਾਓ, ਅਸੀਂ ਜਾਂਦੀਆਂ ਤਲਵਾਰਾਂ ਲੈ ਕੇ, ਅਸੀਂ ਸਤਿਗੁਰੂ ਦੇ ਨਾਲ ਖੜ ਕੇ ਜੰਗ ਲੜਾਂਗੀਆਂ, ਜੇ ਤੁਹਾਡੇ ਵਿੱਚ ਹਿੰਮਤ ਨਹੀਂ ਕਾਹਦੇ ਮਰਦੋ। ਬਸ ਫਿਰ ਬੜੀ ਸ਼ਰਮ ਆਉਂਦੀ ਹੈ, ਸਿਰ ਨੀਵਾ ਕਰਕੇ ਘਰ ਤੋਂ ਬਾਹਰ ਆਏ, ਬੱਚੇ ਖੇਡਦੇ ਨੇ ਲੋਕੀ, ਉਹਨਾਂ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਅੰਦਰ ਲੈ ਗਈਆਂ, ਤੁਹਾਡਾ ਬੇਮੁੱਖਾਂ ਦਾ ਕਿਤੇ ਇਹਨਾਂ ਦੇ ਪਰਛਾਵਾਂ ਨਾ ਪੈ ਜਾਏ, ਵੱਡੇ ਹੋ ਕੇ ਕਿਤੇ ਵੀ ਤੁਹਾਡੇ ਵਰਗੇ ਬੇਮੁੱਖ ਨਾ ਬਣ ਜਾਣ। ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ, ਅਨੇਕ ਜੋਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਜਿਹੜਾ ਬੇਮੁੱਖ ਹੋ ਗਿਆ ਨਾ ਸਤਿਗੁਰੂ ਤੋਂ, ਹੁਣ ਕੀ ਕਰੀਏ? ਇਕੱਠੇ ਹੋਏ ਸਾਰੇ ਇੱਕ ਜਗ੍ਹਾ, ਕਹਿੰਦੇ ਤੇਰੇ ਨਾਲ ਕੀ ਬਣੀ? ਇੱਕ ਦੂਜੇ ਨੂੰ ਪੁੱਛਦੇ, ਬੜੀ ਮਾੜੀ ਬਣੀ ਮੇਰੇ ਨਾਲ। ਪਰਿਵਾਰ ਵਾਲਿਆਂ ਨੇ ਪੁੱਛਿਆ ਨਹੀਂ, ਜਿੱਥੇ ਅੱਗੇ ਸਤਿਕਾਰ ਕਰਦੇ ਸੀ ਜਦੋਂ ਕਿਤੇ ਆਈਦਾ ਸੀ, ਸਤਿਕਾਰ ਹੁੰਦਾ ਸੀ, ਪਰਿਵਾਰ ਬੜਾ ਸਤਿਕਾਰ ਕਰਦਾ ਸੀ, ਪਿਆਰ ਕਰਦਾ ਸੀ। ਬਸ ਹੁਣ ਤੇ
ਫਟਕਾਰਾਂ ਹੀ ਪਈਆਂ ਨੇ ਸਾਨੂੰ। ਬਸ ਉਸੇ ਵੇਲੇ ਫਿਰ ਫੈਸਲਾ ਕੀਤਾ, ਕਹਿੰਦੇ ਗਲਤੀ ਤੇ ਹੋ ਗਈ ਹੈ, ਹੁਣ ਵੱਡੀ ਵੱਡੀ ਸਾਡੇ ਤੋਂ, ਭੁੱਲ ਤੇ ਬਹੁਤ ਵੱਡੀ ਕਰ ਲਈ ਹੈ, ਪਰ ਹੁਣ ਏਦਾਂ ਨੀ, ਦਾਗ ਲੱਗਾ ਨੀ ਰਹਿਣ ਦੇਣਾ, ਇਹ ਦਾਗ ਧੋਣਾ ਜ਼ਰੂਰ ਹੈ। ਦਾਗ ਲਵਾ ਲਿਆ ਪਰ ਦਾਗੀ ਮਰਨਾ ਨੀ, ਉਹ ਖੁਜਲਾ ਲੈ ਕੇ ਜਾਣਾ ਸੰਸਾਰ। ਸੱਚੇ ਪਾਤਸ਼ਾਹ ਦੇ ਹੁਣ ਕਰੀਏ ਕੀ, ਬਸ ਫਿਰ ਕਹਿੰਦੇ ਇੱਥੋਂ ਹੀ ਚੱਲੀਏ ਵਾਪਸ ਆਨੰਦਪੁਰ ਸਾਹਿਬ, ਦੁਬਾਰਾ ਸਤਿਗੁਰੂ ਦੇ ਨਾਲ ਰਲ ਜਾਈਏ ਜਾ ਕੇ। ਲੱਗ ਜੇ ਧਰਮ ਦੇ ਲੇਖੇ ਪਾਪਣ ਜਿੰਦੜੀ, ਲੱਗ ਜੇ ਧਰਮ ਦੇ ਲੇਖੇ ਪਾਪਣ ਜਿੰਦੜੀ, ਪਾਪਣ ਜਿੰਦੜੀ, ਲੱਗ ਜੇ ਧਰਮ ਦੇ ਲੇਖੇ ਪਾਪਣ ਜਿੰਦੜੀ, ਪਾਪਣ ਜਿੰਦੜੀ, ਲੱਗ ਜੇ ਧਰਮ ਦੇ ਲੇਖੇ ਪਾਪਣ ਜਿੰਦੜੀ, ਪਾਪਣ ਜਿੰਦੜੀ, ਲੱਗ ਜੇ ਧਰਮ ਦੇ ਲੇਖੇ ਪਾਪਣ ਜਿੰਦੜੀ, ਪਾਪਣ ਜਿੰਦੜੀ, ਘਰ ਵਾਲਿਆਂ ਨੇ ਜਦੋਂ ਫਟਕਾਰਾਂ ਪਾਈਆਂ ਨਾ, ਏਦੂ ਚੰਗਾ ਤੇ ਤੁਹਾਡੀਆਂ ਲਾਸ਼ਾਂ ਆ ਜਾਂਦੀਆਂ, ਸਾਨੂੰ ਫਕਰ ਹੁੰਦਾ ਕਿ ਅਸੀਂ ਸ਼ਹੀਦਾਂ ਦੀਆਂ ਮਾਵਾਂ, ਸ਼ਹੀਦਾਂ ਦੇ ਘਰ ਵਾਲੇ, ਹੁਣ ਤੁਸੀਂ ਬੇਮੁੱਖ ਹੋ ਕੇ ਆ ਗਏ ਹੋ, ਤੁਸੀਂ ਬਾਹਰ ਜਾਣ ਜੋਗਾ ਨਹੀਂ, ਸਾਨੂੰ ਛੱਡਿਆ ਵੀ ਉਹ ਲੋਕੀ ਕਹਿਣਗੇ ਉਹ ਬੇਮੁੱਖ ਦੀ ਮਾਂ ਆਉਂਦੀ ਹੈ, ਬੇਮੁੱਖ ਦਾ ਪਿਤਾ ਆਉਂਦਾ, ਗੁਰੂ ਤੋਂ ਬੇਮੁੱਖ ਨਹੀਂ ਹੋਣਾ। ਬੀਬੀਆਂ ਕਹਿੰਦੀਆਂ ਅਸੀਂ ਚੱਲਣੀਆਂ ਨਾਲ, ਫਿਰ ਹੋਰ ਵੀ ਵੱਡਾ ਜਥਾ ਲੈ ਕੇ ਲੱਗੇ ਦਾਗ ਨੂੰ ਧੋਣਾ ਏ, ਲੱਗੇ ਦਾਗ ਨੂੰ ਧੋਣਾ ਏ, ਗੁਰਾਂ ਨੂੰ ਮਨਾਉਣ ਬਦਲੇ ਸਿਰ ਲੇਖੇ ਲਾਉਣਾ, ਬਦਲੇ
ਲੱਗੇ ਦਾਗ ਨੂੰ ਧੋਣਾ ਏ, ਜਿਹੜਾ ਦਾਗ ਲੱਗ ਗਿਆ ਹੁਣ ਇਹ ਪਾਣੀ ਨਾਲ ਨਹੀਂ ਧੁੱਬਣਾ, ਇਹਨੂੰ ਖੂਨ ਨਾਲ ਧੋਣਾ ਪੈਣਾ ਆਪਣੇ ਖੂਨ ਨਾਲ। ਹੁਣ ਜਿੰਦ ਲੇਖੇ ਲਾਉਣੀ ਪੈਣੀ ਹੈ, ਇੱਦਾਂ ਨਹੀਂ ਸਾਫ਼ ਹੋਣਾ। ਲੱਗੇ ਦਾਗ ਨੂੰ ਧੋਣਾ ਏ, ਲੱਗੇ ਦਾਗ ਨੂੰ ਧੋਣਾ ਏ, ਗੁਰਾਂ ਨੂੰ ਮਨਾਉਣ ਬਦਲੇ ਫਿਰ ਦੋਵੇਂ 40 ਜਣੇ ਮਾਝੇ ਦੀ ਧਰਤੀ ਤੋਂ ਵੱਖ ਵੱਖ ਪਿੰਡਾਂ ਦੇ ਸੂਰਮੇ ਭੁੱਖ ਦੇ ਦੁੱਖੋਂ ਛੱਡ ਆਏ ਸਨ, ਵਧਾਵਾ ਲੈ ਕੇ ਦੇ ਆਏ ਪਰ ਵਾਪਸ ਗਏ। ਹੁਣ ਪਤਾ ਲੱਗਿਆ ਮਾਲਵੇ ਦੇ ਵਿੱਚ ਸਤਿਗੁਰੂ ਖਦਰਾਣੇ ਦੀ ਢਾਬ, ਖਦਰਾਣਾ ਚੌਧਰੀ ਸੀ ਉਹਦੀ ਢਾਬ ਦੇ ਸਤਿਗੁਰੂ ਦਾ ਟਿਕਾਣਾ ਅੱਗੇ ਹੈ। ਇਹਨਾਂ ਨੂੰ ਪਤਾ ਲੱਗਿਆ ਵਜੀਦਾ ਫੌਜ ਲੈ ਕੇ ਗੁਰੂ ਸਾਹਿਬ ਦਾ ਪਿੱਛਾ ਕਰ ਰਿਹਾ, 10,000 ਦੀ ਫੌਜ ਹੈ। ਖਦਰਾਣੇ ਦੀ ਢਾਬ ਤੇ ਇਹਨਾਂ ਨੇ ਟਿਕਾਣਾ ਕੀਤਾ ਵੀ ਇੱਥੇ ਫੌਜ ਆਏਗੀ, ਫੌਜ ਨੂੰ ਇੱਥੇ ਡੱਕਾਂਗੇ। 40 ਜਣੇ ਆ, ਇਹ ਵੀ ਪਤਾ ਵੀ 10,000 ਅੱਗੇ ਆ ਰਹੇ ਆ, ਬਚਿਆ ਨਹੀਂ ਜਾਣਾ, ਪਰ ਉਹ ਬਚਣ ਵਾਸਤੇ ਥੋੜ੍ਹਾ ਲੜ ਰਹੇ ਨੇ। ਉਹ ਤੇ ਆਏ ਹੀ ਕੁਰਬਾਨ ਹੋਣ ਵਾਸਤੇ, ਵੀ ਆਏ ਹੀ ਸ਼ਹੀਦ ਹੋਣਾ, ਆਪਣਾ ਆਪ ਕੁਰਬਾਨ ਕਰ। ਜਦੋਂ ਆਈ ਫੌਜ ਚੜ੍ਹ ਕੇ ਪਿੱਛੋਂ, 40 ਜਣਿਆਂ ਨੇ ਫਿਰ ਤਹੀਆ ਕਰ ਲਿਆ, ਕਹਿੰਦੇ ਹੁਣ ਇੱਥੇ ਹੀ ਕੁਰਬਾਨ ਹੋਣਾ। ਸੱਚੇ ਪਾਤਸ਼ਾਹ ਕਿਰਪਾ ਕਰਿਓ, ਜਿੰਦ ਲੇਖੇ ਲਾ ਲਿਓ, ਸਾਡਾ ਲੱਗਾ ਦਾਗ ਧੋਤਾ ਜਾਵੇ। 40 ਜਣੇ, ਮਾਈ ਭਾਗੋ, ਮਾਤਾ ਭਾਗੋ ਜੀ ਵੀ ਨਾਲ, ਫੌਜ ਚੜ੍ਹ ਕੇ ਆਈ, ਵਜੀਦਾ ਆਇਆ, ਬੜਾ ਭਿਆਨਕ ਯੁੱਧ ਹੋਇਆ, ਜੰਗ ਹੋਇਆ। ਚਾਲੀ ਦੇ ਚਾਲੀ ਫੌਜ ਨੇ ਆਪਣੇ ਵੱਲੋਂ ਮਾਰ ਦਿੱਤੇ।
ਸ਼ਹਾਦਤਾਂ ਪ੍ਰਾਪਤ ਕਰ ਗਏ। ਕੁਛ ਜ਼ਿਆਦਾ ਜ਼ਖਮੀ ਹੋ ਗਏ, ਫੱਟੜ ਹੋ ਗਏ। ਫੌਜੀ ਕਹਿੰਦੇ ਆਪੇ ਮਰ ਮੁਰ ਜਾਣਗੇ। ਇਹਨੇ ਨੂੰ ਕਹਿੰਦੇ ਫੌਜ ਨੂੰ ਪਿਆਸ ਲੱਗੀ ਹੈ ਬੜੀ। ਵਜੀਦੇ ਨੂੰ ਫੌਜ ਵਾਲੇ ਕਹਿੰਦੇ ਨੇ, ਸਿਪਾਹੀ ਕਹਿੰਦੇ ਆ, ਇਹ ਤੂੰ ਅੱਗੇ ਨਹੀਂ, ਪਹਿਲਾਂ ਪਾਣੀ ਪਿਆ ਸਾਨੂੰ। ਪਿਆਸੇ ਨਹੀਂ ਲੜਿਆ ਜਾਂਦਾ, ਪਾਣੀ ਦਾ ਪ੍ਰਬੰਧ ਕਿਤੇ ਨਹੀਂ। ਨਾਲ ਕਪੂਰਾ ਸੀ ਚੌਧਰੀ, ਵਜੀਦੇ ਦੀ ਮਦਦ ਤੇ ਉਹਨੂੰ ਪੁੱਛਿਆ ਕਪੂਰੇ ਨੂੰ, ਕਹਿੰਦੇ ਪਾਣੀ ਕਿੱਥੇ ਮਿਲੇਗਾ? ਉਹ ਇਲਾਕੇ ਦਾ ਭੇਤੀ ਕਹਿੰਦਾ, ਅੱਗੇ ਜਾਵਾਂਗੇ 30 ਕੋਹ ਤੇ ਪਾਣੀ ਹੈ, ਪਿੱਛੇ 10 ਕੋਹ ਤੇ। ਵਜੀਦਾ ਕਹਿੰਦਾ, ਇੱਥੋਂ ਹੀ ਮੋੜੋ। ਫੌਜ ਪਿੱਛੇ ਹਟ ਗਈ, ਪਿੱਛੇ ਨੂੰ ਮੋੜ ਲਈ, ਪਾਣੀ ਪੀਣ ਚਲੇ ਗਏ। ਇੱਧਰ ਬੜੇ ਸਿੰਘ ਸ਼ਹਾਦਤਾਂ ਪਾ ਗਏ, ਕੁਛ ਅਜੇ ਸਹਿਕਦੇ ਨੇ, ਜ਼ਖਮੀ ਹੋਏ ਪਏ ਆ। ਮਹਾਂ ਸਿੰਘ ਸਹਿਕਦਾ, ਅਜੇ ਪ੍ਰਾਣ ਨਹੀਂ ਨਿਕਲੇ। ਸਾਰਿਆਂ ਸਿੱਖਾਂ ਨੇ ਨੂੰ ਆਖਿਆ, ਸਿੰਘਾਂ ਨਾਲ ਦਿਆਂ ਨੇ, ਮਹਾਂ ਸਿੰਘਾ, ਗੁਰੂ ਸਾਹਿਬ ਇੱਥੇ ਆਉਣਗੇ, ਤੂੰ ਸਾਡਾ ਜਥੇਦਾਰ ਸੀ, ਅੱਗੇ ਤੂੰ ਲੱਗਿਆ ਸੀ, ਹੁਣ ਮਾਫ਼ੀ ਵੀ ਤੂੰ ਮੰਗਣੀ ਹੈ। ਉਨ੍ਹਾਂ ਚਿਰ ਤੇਰੀ ਜਾਨ ਨਹੀਂ ਨਿਕਲਣੀ ਚਾਹੀਦੀ, ਉਨ੍ਹਾਂ ਚਿਰ ਸਰੀਰ ਨਾ ਛੱਡੀ, ਜਿੰਨਾ ਚਿਰ ਭੁੱਲ ਬਖਸ਼ਾ ਨਹੀਂ ਜਾਂਦਾ। ਸਤਿਗੁਰੂ ਆਏ ਖਦਰਾਣੇ ਦੀ ਢਾਬ ਤੇ, ਵੇਖਿਆ ਜਾਨਾਂ ਵਾਰ ਗਏ ਸਿੰਘ ਸ਼ਹੀਦ ਪਏ ਆ, ਫੌਜ ਨਾਲ ਮੁਕਾਬਲਾ ਕਰਦੇ। ਪੰਜ ਕਦਮਾਂ ਤੇ ਪਿਆ ਕਲਗੀਧਰ ਦਸ਼ਮੇਸ਼ ਪਿਤਾ, ਆ ਮੇਰਾ 5,000, ਆ ਮੇਰਾ 10,000, 20 ਕਦਮਾਂ ਤੇ ਪਿਆ 20,000, 30 ਕਦਮਾਂ ਤੇ ਪਿਆ ਮੇਰਾ 30,000। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰ ਦਿੰਦੇ ਨੇ। ਉਹ ਜਗ੍ਹਾ ਆ ਗਈ ਜਿੱਥੇ ਮਹਾਂ ਸਿੰਘ ਪਿਆ ਸੀ, ਅੱਗੇ ਸਹਿਕਦਾ ਪਿਆ ਸੀ ਸਿੰਘ ਸੂਰਾ, ਧੁਨ ਆਵੇ ਸਤਨਾਮ ਦੀ। ਸਤਿਗੁਰੂ ਮਹਾਂ ਸਿੰਘ ਦੇ ਕੋਲ ਗਏ, ਆਪਣੀ ਗੋਦੀ ਦੇ ਵਿੱਚ ਮਹਾਂ ਸਿੰਘ ਦਾ ਸਿਰ ਰੱਖਿਆ। ਮਹਾਂ ਸਿੰਘ ਅੱਖਾਂ ਨਹੀਂ ਖੋਲਦਾ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਮਹਾਂਸਿਆ ਅੱਖਾਂ ਖੋਲ, ਮੈਂ ਆ ਗਿਆ। ਸੱਚੇ ਪਾਤਸ਼ਾਹ, ਅਸੀਂ ਵਧਾਵਾ ਲੈ ਕੇ ਦੇ ਕੇ ਆਏ ਸੀ, ਹਿੰਮਤ ਨਹੀਂ ਅੱਖਾਂ ਖੋਲਾਂ, ਤੁਹਾਡਾ ਤੁਹਾਡੇ ਦਰਸ਼ਨ ਕਰਾਂ, ਤੁਹਾਡੇ ਸਾਹਮਣੇ ਹੋ ਜਾਣ ਦੀ ਹਿੰਮਤ ਨਹੀਂ ਹੋਣੀ। ਕਲਗੀਧਰ ਕਹਿੰਦੇ ਨੇ, ਕੋਈ ਜਾਨਾਂ ਵਾਰੀ ਪਈ ਬੈਠੇ ਹੋ, ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਅਜੇ ਵੀ ਕਹਿੰਦਾ ਹਿੰਮਤ ਨਹੀਂ, ਸ਼ਰਮ ਆਉਂਦੀ ਹੈ? ਸੱਚੇ ਪਾਤਸ਼ਾਹ, ਨਹੀਂ, ਜਿੰਨਾ ਚਿਰ ਉਹ ਵਧਾਵੇ ਵਾਲਾ ਕਾਗਜ਼ ਲਿਖਿਆ ਹੋਇਆ ਨਾ, ਉਹਨਾਂ ਚਿਰ ਅੱਖਾਂ ਨਹੀਂ ਖੁੱਲਦੀਆਂ। ਮਹਾਰਾਜ ਕਿਰਪਾ ਕਰੋ, ਉਹ ਕਾਗਜ਼ ਪਾੜ ਦਿਓ। ਲਾਗੇ ਚਰ ਨਾਨਾ ਤਾਰ ਦਿਓ, ਲਾਗੇ ਚਰ ਨਾਨਾ ਤਾਰ ਦਿਓ, ਜਿਸ ਥਾਂ ਬਤਾਵਾ ਲਿਖਿਆ ਉਹ ਕਾਗਜ਼ ਪਾੜ ਦਿਓ, ਜਿਸ ਤੇ ਬਤਾਵਾ ਲਿਖਿਆ ਚਰਨ ਨਾਨਕ ਤਾਰ ਦਿਓ।
ਕਿਰਪਾ ਕਰੋ ਜਿਹੜਾ ਵਧਾਵਾ ਲਿਖਿਆ ਸੀ ਵਧਾਵਾ ਪੜ੍ਹ। ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ ਨੇ ਜਦੋਂ ਮੈਂ ਆਨੰਦਪੁਰ ਸਾਹਿਬ ਛੱਡਿਆ ਸੀ ਮਾਇਆ ਕਿੱਥੇ ਹੈ ਖਜ਼ਾਨੇ ਕਿੱਥੇ ਨੇ ਮੈਨੂੰ ਫਿਕਰ ਨਹੀਂ ਸੀ, ਪਰਵਾਹ ਨਹੀਂ ਸੀ। ਕਿੱਥੇ ਰੁੜ ਗਏ? ਨਦੀਆਂ ਚ ਰੁੜ ਗਏ, ਸਰਸਾ ਚ ਰੁੜ ਗਏ, ਮੈਂ ਨਹੀਂ ਵੇਖਿਆ। ਮੇਰੇ ਬੱਚੇ ਕਿੱਥੇ ਗਏ? ਵੱਡੇ ਕਿੱਧਰ ਨੂੰ ਆ ਗਏ? ਛੋਟੇ ਕਿੱਧਰ ਨੂੰ ਚਲੇ ਗਏ? ਮੈਂ ਨਹੀਂ ਵੇਖਿਆ। ਮੇਰੀ ਮਾਂ ਕਿੱਥੇ ਗਈ? ਮੈਂ ਨਹੀਂ ਵੇਖਿਆ। ਮੇਰੇ ਮਹਿਲ ਕਿੱਥੇ ਗਏ? ਮੈਂ ਨਹੀਂ ਵੇਖਿਆ। ਗ੍ਰੰਥ ਪੋਥੀਆਂ ਰੁੜ ਗਈਆਂ, ਸਭ ਕੁਛ ਚਲਿਆ ਗਿਆ, ਬਾਜ ਚਲਿਆ ਗਿਆ, ਤਾਜ ਚਲਿਆ ਗਿਆ, ਘੋੜਾ ਨਹੀਂ ਰਿਹਾ, ਚਰਨਾਂ ਵਿੱਚ ਜੋੜਾ ਵੀ ਨਹੀਂ ਵੇਖਿਆ ਮੈਂ। ਪਰ ਮਹਾਂ ਸਿੰਘਾ, ਆ ਤੇਰੇ ਵਾਲਾ ਵਧਾਵੇ ਵਾਲਾ ਕਾਗਜ਼ ਮੈਂ ਜੇਬ 'ਚ ਪਾ ਕੇ ਰੱਖਿਆ। ਮੈਨੂੰ ਇਹ ਪਤਾ ਸੀ ਕਿ ਤੁਸੀਂ ਮੁੜ ਕੇ ਆਓਗੇ ਜ਼ਰੂਰ। ਅੰਮ੍ਰਿਤ ਇੰਨਾ ਕਮਜ਼ੋਰ ਨਹੀਂ। ਜੇਬ ਵਿੱਚੋਂ ਮਹਾਰਾਜ ਨੇ ਵਧਾਵੇ ਵਾਲਾ ਕਾਗਜ਼ ਕੱਢਿਆ, ਮਹਾਂ ਸਿੰਘ ਦੇ ਸਾਹਮਣੇ ਮਹਾਰਾਜ ਨੇ ਉਹਦੇ ਨਿੱਕੇ ਨਿੱਕੇ ਟੁਕੜੇ ਕੱਟ ਕਰ ਦਿੱਤੇ, ਵਧਾਵੇ ਵਾਲਾ ਕਾਗਜ਼ ਪਾੜ ਦਿੱਤਾ। ਮਹਾਂ ਸਿੰਘ ਬਸ ਇੰਨੀ ਗੱਲ ਕਰਨ ਦੀ ਦੇਰ ਸੀ, ਸੱਚੇ ਪਾਤਸ਼ਾਹ ਦੇ ਵੱਲ ਵੇਖਦਾ ਹੈ, ਮਹਾਰਾਜ ਭੁੱਲ ਬਖਸ਼ੀ ਗਈ ਮੇਰੀ, ਦਾਗ ਲੱਗਾ ਸੀ ਜਿਹੜਾ ਧੁੱਪ ਗਿਆ। ਮਹਾਰਾਜ ਕਿਰਪਾ ਕਰਿਓ, ਟੁੱਟੀ ਗੰਢ ਲਓ, ਹੁਣ ਮਾਝੇ ਦੀ ਸਿੱਖੀ ਗੰਢ ਲਓ। ਮਹਾਰਾਜ ਸਾਡੇ ਤੋਂ ਗਲਤੀ ਹੋ ਗਈ, ਬੜੀ ਵੱਡੀ ਭੁੱਲ ਹੋ ਗਈ, ਬੇਮੁਖ ਹੋ ਗਏ ਸਾਂ। ਸੱਚੇ ਪਾਤਸ਼ਾਹ ਤੁਸੀਂ ਬਖਸ਼ਣ ਹਾਰ ਹੋ, ਤੁਸੀਂ ਫੇਰ ਬਖਸ਼ ਲਿਆ ਸਾਨੂੰ, ਫਿਰ ਆਪਣੇ ਚਰਨਾਂ ਦੇ ਨਾਲ ਲਾ ਲਿਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮਹਾਂ ਸਿੰਘ ਕਹਿੰਦੇ, ਮਹਾਰਾਜ ਕਹਿੰਦੇ ਮੰਗ ਲੈ, ਕੀ ਮੰਗਣਾ ਹੈ? ਰਾਜ ਚਾਹੀਦਾ ਤੈਨੂੰ, ਰਾਜ ਦੇ ਦੀਏ। ਉਮਰ ਚਾਹੀਦੀ ਹੈ? ਤੇਰੀ ਉਮਰ ਵਧਾ ਦਈਏ। ਮਹਾਰਾਜ ਕੁਛ ਵੀ ਨਹੀਂ ਚਾਹੀਦਾ, ਬਸ ਤੁਸੀਂ ਚਰਨਾਂ ਨਾਲ ਲਾਇਆ ਨਾ, ਹੁਣ ਇੱਥੇ ਹੀ ਰੱਖਿਓ। ਮਹਾਰਾਜ ਹੋਰ ਕੋਈ ਵੀ ਚੀਜ਼ ਨਹੀਂ ਚਾਹੀਦੀ, ਆਪਣੇ ਬਣਾਇਓ। ਮੁੜ ਕੇ ਕਦੀ ਵੀ ਫੇਰ ਵੀ ਆਈਏ ਦੁਨੀਆਂ ਤੇ, ਮਹਾਰਾਜ ਇਹੋ ਜਿਹੀ ਭੁੱਲ ਨਾ ਹੋਵੇ। ਸੱਚੇ ਪਾਤਸ਼ਾਹ ਤੁਹਾਡੇ ਲੜ ਲੱਗਿਆ, ਤੁਹਾਡੇ ਬਣੇ ਰਹੀਏ ਬਸ। ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ ਨੇ, ਸਿੱਖਾ ਲੱਖਾਂ ਵਾਰੀ ਸਿੱਖ ਭੁੱਲ ਜਾਏ, ਲੱਖਾਂ ਵਾਰੀ ਗਲਤੀ ਕਰ ਲਏ, ਪਰ ਇੱਕ ਵਾਰੀ ਫਿਰ ਸਾਹਮਣੇ ਗੁਰੂ ਦੇ ਪੇਸ਼ ਹੋ ਕੇ ਜੇ ਕਹਿ ਦੇ ਨਾ ਮਹਾਰਾਜ ਗਲਤੀ ਹੋ ਗਈ, ਗੁਰੂ ਦਾ ਹਿਰਦਾ ਐਡਾ ਵੱਡਾ ਨੂੰ ਫੇਰ ਗੱਲ ਨਾ ਲਾ ਦੇ, ਤੇ ਤੁਸੀਂ ਤੇ ਆਪਣੀਆਂ ਜਾਨਾਂ ਵਾਰੀਆਂ ਨੇ। ਮਹਾਂ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਹੁਣ ਵਧਾਵਾ ਪਾੜ ਗਿਆ, ਹੁਣ ਕਿਰਪਾ ਕਰੋ ਸਾਡੇ ਲਈ ਸੱਚਖੰਡ ਦੇ ਬੂਹੇ ਖੁੱਲ ਗਏ। ਮਹਾਰਾਜ ਹੁਣ ਫਤਿਹ ਬੁਲਾਉਣ ਲੱਗਿਆ, ਭਾਗਾਂ ਵਾਲਾ ਵੇਖੋ ਸਤਿਗੁਰੂ ਦੀ ਗੋਦੀ ਚ ਪਿਆ, ਹੱਥ ਜੋੜੇ
ਅੱਖਾਂ ਬੰਦ ਹੋਣ ਲੱਗੀਆਂ ਨੇ ਸਦਾ ਵਾਸਤੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਮੁਖ ਦੇ ਦਰਸ਼ਨ ਕਰਦਾ ਹੈ, ਸਤਿਗੁਰੂ ਦੇ ਚਿਹਰੇ ਵੱਲ ਤੱਕਦਿਆਂ। ਮਹਾਰਾਜ ਹੁਣ ਆਖਰੀ ਫਤਿਹ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਇਹੀ ਅਰਦਾਸ ਕਰੀਏ ਸੱਚੇ ਪਾਤਸ਼ਾਹ, ਅਸੀਂ ਵੀ ਜਦੋਂ ਕਿਤੇ ਸਾਡੇ ਸਵਾਸ ਨਿਕਲਣ, ਅਸੀਂ ਬੇਮੁੱਖ ਨਾ ਹੋਈਏ, ਅਸੀਂ ਤੁਹਾਡੇ ਤੋਂ ਟੁੱਟੇ ਨਾ ਹੋਈਏ। ਇਸ ਗੱਲ ਦਾ ਕੋਈ ਭਰੋਸਾ ਨਹੀਂ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਕੋਈ ਪਤਾ ਨਹੀਂ ਕਿਹੋ ਜਿਹੀ ਮੌਤ ਆਏਗੀ, ਕਿਹੜੇ ਵੇਲੇ ਮੌਤ ਆਏਗੀ। ਇੱਥੇ ਬਾਰੇ ਬੂਟੇ ਤਰੁਣੇ ਭਈਆ ਸਭ ਨੂੰ ਜੰਮ ਲੈ ਜਾਈ ਹੈ ਰੇ, ਨਾ ਬਚਪਨ ਦੀ ਗੱਲ ਹੈ, ਨਾ ਜਵਾਨੀ ਦੀ, ਨਾ ਬੁਢਾਪੇ ਦੀ, ਇੱਥੇ ਕੋਈ ਭਰੋਸਾ ਨਹੀਂ। ਰਾਜਾ ਪ੍ਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ, ਉਹ ਬੜਾ ਵੱਡਾ ਹੈ ਸੱਚੇ ਪਾਤਸ਼ਾਹ, ਪਰ ਜਦੋਂ ਵੀ ਮੌਤ ਆਵੇ ਉਦੋਂ ਅਸੀਂ ਗੁਰੂ ਵਾਲੇ ਬਣੇ ਹੋਈਏ, ਬੇਮੁੱਖ ਨਾ ਹੋਈਏ, ਤੁਹਾਡੇ ਤੋਂ ਟੁੱਟੇ ਨਾ ਹੋਈਏ। ਵੇਖੋ ਉਹਨਾਂ ਨੇ ਵਧਾਵਾ ਲਿਖ ਕੇ ਦਿੱਤਾ ਸੀ, ਫਿਰ ਆਪਣੀ ਭੁੱਲ ਬਖਸ਼ਾਈ, ਵਧਾਵਾ ਪੜਵਾਇਆ ਸਤਿਗੁਰੂ ਦੇ ਕੋਲੋਂ, ਫਿਰ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਏ। ਇੱਥੇ ਅਸੀਂ ਕਈਆਂ ਨੇ ਬਿਨਾਂ ਕਾਗਜ਼ ਤੇ ਨਹੀਂ ਲਿਖੇ, ਪਰ ਵਧਾਵੇ ਅਸੀਂ ਵੀ ਦਿੱਤੇ ਆ ਗੁਰੂ ਨੂੰ। ਅਸੀਂ ਵੀ ਕਿਹਾ ਹੋਇਆ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਅਸੀਂ ਵੀ ਭਾਵੇਂ ਲਿਖਿਆ ਨਹੀਂ, ਪਰ ਜੀਵਨ ਸਾਡੇ ਵਿੱਚ ਵੀ ਇਹ ਵਧਾਵਾ ਦਿੱਤਾ ਹੀ ਹੋਇਆ, ਜਿਹੜਾ ਗੁਰੂ ਦੀ ਸਿੱਖੀ ਨਾਲੋਂ ਟੁੱਟ ਗਏ, ਸਤਿਗੁਰੂ ਦੇ ਸਿਧਾਂਤ ਨਾਲੋਂ ਟੁੱਟ ਗਏ, ਸਤਿਗੁਰੂ ਦੇ ਘਰ ਨਾਲੋਂ ਟੁੱਟ ਗਏ, ਤੇ ਵਧਾਵਾ ਹੀ ਦਿੱਤਾ ਹੋਇਆ ਵੀ ਤੂੰ ਨਹੀਂ ਸਾਡਾ ਗੁਰੂ, ਸਾਡੇ ਗੁਰੂ ਤੇ ਫਲਾਣੇ ਆ, ਸਾਡਾ ਤੇ ਉਹਨੂੰ ਗੁਰੂ ਬਣਾ ਲਾਂਗੇ, ਫਲਾਣੇ ਨੂੰ ਗੁਰੂ ਬਣਾ ਲਾਂਗੇ। ਕਹਿਣ ਨੂੰ ਗੁਰੂ ਹੈ ਗੁਰੂ ਗ੍ਰੰਥ ਸਾਹਿਬ, ਪਰ ਗੁਰੂ ਗ੍ਰੰਥ ਸਾਹਿਬ ਦੀ ਮੰਨਦਾ ਨਹੀਂ, ਤੇ ਫਿਰ ਅਸੀਂ ਵੀ ਵਧਾਵਾ ਹੀ ਦਿੱਤਾ ਹੋਇਆ ਹੈ। ਅਸੀਂ ਆਓ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ, ਕਿਤੇ ਬੇਮੁੱਖ ਨਾ ਰਹਿ ਜਾਈਏ, ਤੁਹਾਡੇ ਚਰਨਾਂ ਨਾਲ ਜੁੜੀਏ, ਤੁਸੀਂ ਆਪਣੇ ਬਣਾ ਲਓ ਸਾਨੂੰ, ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ। ਸੱਚੇ ਪਾਤਸ਼ਾਹ ਇਹ ਕਿਰਪਾ ਸਾਡੇ ਤੇ ਕਰਿਓ, ਇਹ ਮਿਹਰ ਕਰਿਓ, ਕਿਤੇ ਵਿਛੜੇ ਨਾ ਮਰ ਜਾਈਏ, ਲੜ ਲਾ ਲੈ ਬਚਾਂ ਵਾਲਿਆ, ਵਿਛੜੇ ਨਾ ਮਰ ਜਾਈਏ, ਲੜ ਲਾ ਲੈ ਬਚਾਂ ਵਾਲਿਆ, ਕਿਤੇ ਵਿਛੜੇ ਨਾ ਮਰ ਜਾਈਏ। ਜਾਏ
ਆਪਣਾ ਸਿਰ ਦਿੱਤਾ ਪਰ ਅੱਜ ਖੰਡੇ ਦੀ ਪੌਲ ਛਕ ਲਈਏ ਸਤਿਗੁਰੂ ਤੇ ਮੰਨ ਜਾਣਗੇ। ਅਸੀਂ ਦੂਰ ਅਸੀਂ ਛਡਾ ਛਡਾ ਭਜਨੇ ਆ, ਉਹ ਤੇ ਸਾਡਾ ਬਣਦਾ, ਅਸੀਂ ਨੀ ਗੁਰੂ ਦੇ ਬਣਦੇ। ਰਾਹ ਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡ ਸਭ ਗੁਣ ਮੇਰਾ। ਕਹੀਏ ਤੇ ਸਹੀ ਅਸੀਂ ਤੇਰੇ ਆ, ਕਿਉਂ ਨਹੀਂ ਬਖਸ਼ਦਾ? ਉਹ ਤੇ ਬਖਸ਼ਦਾ, ਉਹ ਤੇ ਕਿਰਪਾ ਕਰਦਾ ਹੈ। ਅਸੀਂ ਛਡਾ ਛਡਾ ਭਜਨੇ ਆ, ਆਓ ਮਨ ਬਣਾਓ, ਜਿੰਨਾ ਅੰਮ੍ਰਿਤ ਨਹੀਂ ਛਕਿਆ ਗੁਰੂ ਵਾਲੇ ਬਣੋ, ਦਾੜੀਆਂ ਕੇਸ ਰੱਖੋ, ਅੰਮ੍ਰਿਤ ਛਕੋ, ਪੀਵੋ ਪਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਪਿਆਰ ਕਰੋ, ਜਿਨ੍ਹਾਂ ਨੇ ਸਾਡੇ ਵਾਸਤੇ ਸਾਰਾ ਕੁਛ ਕੁਰਬਾਨ ਕੀਤਾ, ਆ ਸਿੱਖੀ ਸਿਧਾਂਤਾਂ ਵਾਸਤੇ ਆਪਣਾ ਘਰ ਛੱਡ ਦਿੱਤਾ, ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ, ਉਹ ਕਲਗੀਆਂ ਵਾਲਾ ਜਿਹੜਾ ਸਿੱਖਾਂ ਨੂੰ ਇੰਨਾ ਪਿਆਰ ਕਰਦਾ ਹੈ, ਆਪਣੇ ਆਪ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਇੱਦਾਂ ਲੰਘ ਜਾਂਦਾ ਜਿੱਦਾਂ ਜਾਣਦਾ ਵੀ ਨਹੀਂ, ਤੇ ਜਿਹੜੇ ਸਿੱਖ ਨੇ ਉਹਨਾਂ ਦੀ ਉਹਨਾਂ ਦਾ ਸਰੀਰ ਗੋਦ ਵਿੱਚ ਰੱਖ ਕੇ ਆਪ ਸੱਚੇ ਪਾਤਸ਼ਾਹ ਪਿਆਰ ਕਰਦੇ ਆ, ਦੁਲਾਰ ਕਰਦੇ ਆ ਵੀ ਮੇਰੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਸੱਚੇ ਪਾਤਸ਼ਾਹ ਕਹਿੰਦੇ ਇਹ ਨਾ ਕੋਈ ਕਵੇ ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਲੱਖ ਵਾਰੀ ਕੋਈ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਇੰਨਾ ਪਿਆਰ ਖਾਲਸੇ ਨਾਲ ਕੀਤਾ ਹੈ ਤੇ ਆਓ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ, ਬਾਣੀ ਬਾਣੇ ਦੇ ਧਾਰਨੀ ਹੋਈਏ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੇਹਾਂ ਕਬਰਾਂ ਮੜੀਆਂ ਮੱਟਾਂ ਮਸਾਣਾ ਤੇ ਨਾ ਜਾਈਏ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਸਤਿਗੁਰੂ ਦੇ ਚਰਨਾਂ ਨਾਲ ਜੁੜੋ ਭਾਈ, ਜਿੰਨਾ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਮੌਕਾ ਹੈ, ਇਹ ਸਰੀਰ ਮਿਲਿਆ, ਵਡਭਾਗੀ ਸਮਝਣਾ ਚਾਹੀਦਾ ਆਪਣੇ ਆਪ ਨੂੰ। ਸਾਨੂੰ ਸਿੱਖ ਘਰਾਣੇ 'ਚ ਜਨਮ ਮਿਲਿਆ, ਧੰਨ ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਮਿਲੇ ਨੇ। ਇਹ ਸਮਾਂ, ਇਹ ਵੇਲਾ, ਇਹ ਵਕਤ, ਇਹ ਸਰੀਰ, ਇਹ ਐਵੇਂ ਨਾ ਗਵਾ ਕੇ ਚਲੇ ਜਾਈਏ ਸੰਸਾਰ ਤੋਂ, ਨਸ਼ਿਆਂ ਦੇ ਵਿੱਚ, ਮਾੜਿਆਂ ਕੰਮਾਂ ਦੇ ਵਿੱਚ, ਦੁਨੀਆਂ ਦੇ ਰੁਝੇਵੇਂ ਕਰਦਿਆਂ। ਉਹ ਜ਼ਰੂਰੀ ਹਨ ਸਰੀਰ ਨੂੰ ਪਾਲਣ ਵਾਸਤੇ, ਪਰਿਵਾਰ ਨੂੰ ਪਾਲਣ ਵਾਸਤੇ, ਪਰ ਇਹਨਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਜੇ ਆਪਣੀ ਲੰਘ ਗਈ, ਜੋ ਅਸਲ ਮੰਜ਼ਿਲ ਤੱਕ ਪਹੁੰਚਣਾ ਸੀ ਜੇ ਉੱਥੇ ਪਹੁੰਚੇ ਹੀ ਨਾ, ਫਿਰ ਸਾਰਾ ਕੁਛ ਹੀ ਜਾਈ ਜਾਏਗਾ। ਇਹ ਸਰੀਰਾ ਮੇਰੇ ਆ, ਇਸ ਜੱਗ ਮੈਂ ਆਏ ਕਿਆ ਕਿਆ ਤੁਧ ਕਰਮ ਕਮਾਇਆ। ਕਦੇ ਆਪਣੇ ਆਪ ਨੂੰ ਇਹ ਸਵਾਲ ਕਰੀਏ ਕੀ ਕੀਤਾ ਕੀ ਹੈ ਸੰਸਾਰ ਤੇ ਆਣ ਕੇ, ਜਿਹੜੇ ਕੰਮ ਲਈ ਆਏ ਸਾਂ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਅਸੀਂ ਇੱਥੇ ਆਏ ਸੀ ਕਿ ਵਾਰ ਵਾਰ ਫੇਰਾ ਨਾ ਪਵੇ, ਵਾਰ ਵਾਰ ਆਉਣਾ ਜਾਣਾ ਨਾ ਪਵੇ, ਇੱਕ ਥਾਂ ਟਿਕ ਜਾਈਏ, ਥਿਰ ਘਰ ਬੈਸੋ ਹਰ ਜਨ ਪਿਆਰੇ, ਭਟਕਦੇ ਨਾ ਰਹੀਏ। ਪਰ ਜੇ ਨਾ ਮੰਜ਼ਿਲ ਆਪਣੀ ਤੇ ਪਹੁੰਚੇ, ਨਾ ਪ੍ਰਾਪਤੀ ਹੋਈ, ਫਿਰ ਵਾਰ ਵਾਰ ਜੰਮਣਾ, ਵਾਰ ਵਾਰ ਮਰਨਾ ਪੈਂਦਾ ਹੈ। 84 ਲੱਖ ਜੂਨਾਂ ਦਾ ਗੇੜ ਹੈ, ਮਹਾਰਾਜ ਦੀ ਬਾਣੀ ਕਹਿੰਦੀ 84 ਲੱਖ ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ, ਆਏ ਜਾਏ ਦੁੱਖ ਪਾਏਗਾ। ਅਖੀਰਲਾ ਡੰਡਾ ਪੌੜੀ ਦਾ, ਮਹਾਰਾਜ ਕਹਿੰਦੇ ਜੇ ਇੱਥੋਂ ਡਿੱਗਿਆ ਨਾ, ਵਾਰ ਵਾਰ ਜੰਮਣਾ ਪਏਗਾ, ਵਾਰ ਵਾਰ ਮਰਨਾ ਪਏਗਾ, ਵਾਰ ਵਾਰ ਆਏਗਾ, ਵਾਰ ਵਾਰ ਜਾਏਗਾ। ਇਹ ਸਮਾਂ, ਇਹ ਸਬੱਬ ਹੈ ਫਰੀਦਾ, ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜੋ ਬਨ ਫਲ ਪਾ ਕੇ ਭੋਏ ਗਿਰ ਹੈ, ਬਹੁਰ ਨਾ ਲੱਗੇ ਡਾਰ। ਸਬੱਬ ਦੇ ਨਾਲ ਮਨੁੱਖਾਂ ਦੇ ਹੀ ਮਿਲੀ ਹੈ, ਭਾਗਾਂ ਵੱਡਿਆਂ ਭਾਗਾਂ ਨਾਲ ਇਹ ਸਰੀਰ ਮਿਲਿਆ ਐਵੇਂ ਨਹੀਂ। ¶¶
ਇਹ ਸਰੀਰ ਮੇਰਾ ਬਣਾਇਆ ਹੋਇਆ ਕਰਤਾ ਪੁਰਖ ਜਿਹੜਾ ਤੇਰੇ ਅੰਦਰ ਹੀ ਬੈਠਾ ਹੋਇਆ ਹੈ, ਤੇਰੇ ਤੋਂ ਵੱਖ ਨਹੀਂ, ਜਿਹਦੇ ਕਰਕੇ ਸਾਡੇ ਸਾਹ ਚੱਲ ਰਹੇ ਨੇ। ਸ਼ੁਕਰ ਕੀਤਾ ਕਦੀ ਉਹਦਾ
ਇੱਕ ਇੱਕ ਸਾਹ ਆ ਰਿਹਾ ਹੈ। ਭੋਜਨ ਛਕਦਾ, ਭੋਜਨ ਸਰੀਰ ਦੇ ਅੰਦਰ ਜਾਂਦਾ ਹੈ, ਤੇਰੇ ਭੋਜਨ ਦਾ ਲਹੂ ਬਣਾ ਰਿਹਾ ਹੈ, ਭੋਜਨ ਤੋਂ ਖੂਨ ਬਣਾ ਰਿਹਾ, ਤੇਰੇ ਅੰਦਰ ਹੀ ਬੈਠਾ ਹੈ। ਕਦੀ ਨਹੀਂ ਸ਼ੁਕਰ ਕਰਦੇ ਜਿਹਨੇ ਇਹ ਅੱਖਾਂ ਦਿੱਤੀਆਂ, ਜਿਹਨੇ ਆਹ ਕੰਨ ਦਿੱਤੇ ਆ। ਕੀ ਸੁਣਦਾ ਫਿਰਦਾ ਗੰਦ ਮੰਦ ਇਹਨਾਂ ਦੇ ਨਾਲ, ਇਹ ਸਰਵਣੋ ਮੇਰੇ ਉਹ ਸੱਚੇ ਸੁਣਨੇ ਨੂੰ ਬਿਠਾਏ, ਇਹ ਸੱਚ ਸੁਣਨ ਵਾਸਤੇ ਲੱਗੇ ਸੀ, ਸੱਚੇ ਸੁਣਨੇ ਨੂੰ ਬਿਠਾਏ ਸਰੀਰ ਲਾਏ। ਸੁਣੋ ਸੱਤ ਬਾਣੀ, ਬਾਣੀ ਸੋਹਣੇ ਦੇ ਨਾਲ, ਜੋ ਤੂੰ ਸੁਣਦਾ ਫਿਰਦਾ ਉਹਦੇ ਨਾਲ ਕੁਛ ਨਹੀਂ ਹੋਣਾ, ਮਨ ਵਿਕਾਰੀ ਹੋਏਗਾ, ਭੈੜੇ ਪਾਸੇ ਜਾਏਗਾ, ਬਾਣੀ ਨੂੰ ਸੁਣੇਗਾ ਜਿੱਤ ਸੁਣਿਆ, ਮਨ ਤਨ ਹਰਿਆ ਹੋਆ, ਰਸਨਾ ਰਸ ਸਵਾਣੀ, ਮਨ ਤਨ ਨਿਹਾਲ ਹੋ ਜਾਏਗਾ, ਹਰਿਆ ਹੋ ਜਾਏਗਾ, ਸੁੱਕਾ ਨਹੀਂ ਰਹਿ ਜਾਏਗਾ, ਤੇਰੀ ਰਸਨਾ ਦੇ ਵਿੱਚ ਵੀ ਰਸ ਆਏਗਾ। ਸੱਚ ਅਲੱਖ ਬਣਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਸੱਚ ਸੁਣਨੇ ਨੂੰ ਪਠਾਏ। ਇਹ ਜਿਹੜੀ ਜੀਵ ਜੀਵ ਨਾਲ ਗੰਦ ਮੰਦ ਬੋਲਦਾ ਫਿਰਦਾ, ਕਦੀ ਕਿਸੇ ਨੂੰ ਗਾਲਾਂ, ਕਦੀ ਕਿਸੇ ਨੂੰ ਗਾਲਾਂ ਕੱਢਦਾ, ਜਿਹਦੇ ਨਾਲ ਕਦੀ ਕੁਛ ਸਵਾਦ ਵੇਖਦਾ, ਕਦੀ ਕਿਸੇ ਤਰ੍ਹਾਂ ਦੇ ਸਵਾਦ ਵੇਖਣਾ, ਸਵਾਦਾਂ ਦੇ ਪਿੱਛੇ ਲੱਗੀ ਹੈ ਨਾ ਜੀਵ ਜਿਹੜੀ। ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਇਹ ਵੀ ਉਹ ਪਰਮਾਤਮਾ ਨੇ ਰਸਨਾ ਦਿੱਤੀ। ਇਹ ਅੱਖਾਂ, ਇਹ ਜੀਭ, ਇਹ ਕੰਨ, ਇਹ ਸ਼ਰਵਣ, ਆ ਸਰੀਰ, ਸਾਹ ਚੱਲ ਰਹੇ ਨੇ, ਉਹਦਾ ਸ਼ੁਕਰ ਕਰਿਆ ਕਰ, ਆਪਣੇ ਆਪ ਨੂੰ ਸਵਾਲ ਕਰਿਆ ਕਰ ਵੀ ਕੀਤਾ ਕੀ ਹੈ ਇਹਦੇ ਨਾਲ। ਇੰਨਾ ਕੀਮਤੀ ਸਰੀਰ ਪਰਮੇਸ਼ਰ ਨੇ ਦਿੱਤਾ ਹੈ। ਆ ਅੱਖਾਂ ਵੇਖੋ, ਜਿਹਨਾਂ ਦੇ ਕੋਲ ਅੱਖਾਂ ਨਹੀਂ ਕਿਵੇਂ ਤਰਲੇ ਲੈਂਦੇ ਨੇ, ਦੁਨੀਆਂ ਲੱਭਦੀ ਨਹੀਂ, ਸਾਰਾ ਕੁਛ ਦਿਸ ਰਿਹਾ ਨਾ, ਰੰਗ ਦਿਸਦੇ ਨੇ, ਚਿਹਰੇ ਦਿਸਦੇ ਆ, ਖੂਬਸੂਰਤ ਦੁਨੀਆਂ ਦਿਸਦੀ ਹੈ। ਉਦੋਂ ਹੀ ਕਦਰ ਹੁੰਦੀ ਹੈ ਜਦੋਂ ਨਾ ਹੋਵੇ, ਫ੍ਰੀ ਚ ਮਿਲ ਗਿਆ ਸਾਨੂੰ ਸਾਰਾ ਕੁਛ। ਇਹਦੇ ਤੋਂ ਲਾਹਾ ਲਈਏ, ਐਵੇਂ ਹੀ ਨਾ ਇੱਦਾਂ ਹੀ ਚੱਲਿਆ ਜਾਵੇ ਨਸ਼ਿਆਂ ਦੇ ਵਿੱਚ, ਭੈੜਿਆਂ ਕੰਮਾਂ ਦੇ ਵਿੱਚ ਹੀ। ਜਿਹੜੇ ਕੰਮ ਲਈ ਮਿਲਿਆ ਇਹ ਸਰੀਰ ਮੇਰੇ ਆ, ਸਾਰੇ ਬੋਲੋ, ਇਹ ਸਰੀਰ ਮੇਰੇ ਆ, ਇਹ ਸਰੀਰ ਮੇਰੇ ਆ, ਇਹ ਸਰੀਰ, ਇਹ ਸਰੀਰ ਮੇਰੇ ਆ। ਕਿਆ ਤੁਧ ਕਰਮ ਕਮਾਇਆ, ਕਿਆ ਤੁਧ ਕਰਮ ਕਮਾਇਆ, ਕਿਆ ਤੁਧ ਕਰਮ ਕਮਾਇਆ, ਕਿਆ ਤੁਧ ਕਰਮ, ਕੋਈ ਨੇ
ਦੁੱਧ ਕਰੀ ਮੰਗਵਾਇਆ ਸਰੀਰਾ ਮੇਰਿਆ, ਕਿਆ ਦੁੱਧ ਕਰੀ ਮੰਗਵਾਇਆ ਸਰੀਰਾ ਮੇਰਿਆ, ਕਿਆ ਦੁੱਧ ਕਰੀ ਮੰਗਵਾਇਆ ਸਰੀਰਾ ਮੇਰਿਆ। ਇਹ ਦੁਨੀਆਂ ਦੇ ਵਿੱਚ ਆ ਕੇ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿਆ ਕਿਆ ਦੁੱਧ ਕਰਮ ਕਮਾਇਆ। ਕੁਛ ਖੱਟਿਆ ਵੀ ਹੈ ਕਿ ਗਵਾਕ ਹੀ ਚੱਲਿਆ ਸਾਰਾ ਕੁਛ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਗੁਰਮੁਖ ਉਹ ਨੇ ਜਿਹੜੇ ਸੰਸਾਰ ਤੋਂ ਲਾਹਾ ਲੈ ਕੇ ਜਾਂਦੇ ਆ, ਮਨਮੁਖ ਜੋ ਲੈ ਕੇ ਆਏ ਸੀ ਉਹ ਵੀ ਗਵਾ ਕੇ ਚਲੇ ਜਾਂਦੇ ਆ। ਆ ਸਰੀਰ ਮੂਲ ਦੇ ਰੂਪ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਮਿਲਿਆ ਹੈ, ਮੂਲ ਮਿਲਿਆ ਹੈ। ਇਹਦੇ ਤੋਂ ਅੱਗੇ ਕਮਾਈ ਕਰਨੀ ਸੀ ਪਰ ਕਈ ਇਹਨੂੰ ਵੀ ਗਵਾ ਕੇ ਚਲੇ ਗਏ। ਮਨ ਦੇ ਪਿੱਛੇ ਜਿਹੜੇ ਲੱਗ ਗਏ, ਵੇਖੋ ਮਨ ਦੇ ਪਿੱਛੇ ਲੱਗੇ ਸਨ ਗੁਰੂ ਸਾਹਿਬ ਨੂੰ ਵਧਾਵਾ, ਉਹ ਤੇ ਨਾਲੇ ਤੰਗ ਸਨ ਭੁੱਖ ਦੇ ਦੁੱਖੋਂ, ਫਿਰ ਵੀ ਵਧਾਵਾ ਲੈ ਕੇ ਆ ਗਏ, ਮਨਮੁਖ ਬਣ ਗਏ, ਬੇਮੁਖ ਹੋ ਗਏ। ਜਿਹੜਾ ਬੇਮੁਖ ਹੋ ਜਾਂਦਾ ਨਾ ਗੁਰੂ ਤੋਂ, ਗੁਰੂ ਦੀ ਬਾਣੀ ਕਹਿੰਦੀ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ। ਜਿਹੜਾ ਬੇਮੁਖ ਹੈ ਕਹਿੰਦੇ ਸਾਰੇ ਹੀ ਰੋਗ ਨੂੰ ਚਿੰਬੜੇ ਹੋਏ ਨੇ, ਬੇਮੁਖਤਾ ਤੋਂ ਵੱਡੀ ਬਿਮਾਰੀ ਕੋਈ ਨਹੀਂ। ਜਿਹੜਾ ਰੱਬ ਤੋਂ ਬੇਮੁਖ ਹੋ ਗਿਆ ਨਾ, ਗੁਰੂ ਤੋਂ ਬੇਮੁਖ ਹੋ ਗਿਆ, ਮੂੰਹ ਫੇਰ ਲਿਆ ਜਿੰਨੇ, ਸਾਰਾ ਕੁਛ ਵੇਖਦਿਆਂ ਹੋਇਆਂ ਵੀ ਜਿਹੜਾ ਘੇਸ ਵੱਟੀ ਫਿਰਦਾ ਨਾ, ਮੂੰਹ ਘੁਮਾਈ ਫਿਰਦਾ ਵੀ ਗੁਰੂ ਵਾਲੇ ਪਾਸੇ ਜਾਣ ਦੀ ਲੋੜ ਨਹੀਂ, ਕਹਿੰਦੇ ਇਹਦੇ ਨਾਲੋਂ ਵੱਡੀ ਬਿਮਾਰੀ ਕੋਈ ਨਹੀਂ। ਸਾਰੀਆਂ ਹੀ ਬਿਮਾਰੀਆਂ ਚਿੰਬੜੀਆਂ ਹੋਈਆਂ, ਜਿਹਨੂੰ ਬੇਮੁਖਤਾ ਲੱਗ ਗਈ ਹੈ, ਜਿਹਨੂੰ ਇਹ ਗਲਾਨੀ ਦੀ ਬਿਮਾਰੀ ਲੱਗ ਗਈ ਹੈ, ਜਨਮਾਂ ਦੇ ਵਿਯੋਗ ਲੱਗ ਜਾਂਦੇ ਨੇ। ਕਹਿੰਦੇ ਏਡਾ ਵੱਡਾ ਵਿਛੋੜਾ ਪੈਂਦਾ ਹੈ, ਫਿਰ ਜਨਮ ਲੱਗ ਜਾਂਦੇ ਆ ਭੁਗਤਦਿਆਂ, ਵਿਛੋੜਾ ਮੁੱਕਦਾ ਨਹੀਂ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਜਨਮਾਂ ਦਾ ਵਿਯੋਗ ਲੱਗ ਜਾਂਦਾ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਸਾਰੇ ਹੀ ਰੋਗ ਚਿੰਬੜੇ ਹੋਏ ਆ ਉਹਨੂੰ, ਜਿਹਨੂੰ ਰੱਬ ਭੁੱਲ ਗਿਆ, ਇਹਦੇ ਨਾਲੋਂ ਵੱਡੀ ਬਿਮਾਰੀ ਕੋਈ ਨਹੀਂ। ਸੋ ਆਓ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜੋ, ਸਾਨੂੰ ਜੀਣ ਦਾ ਮਾਰਗ ਦੱਸੋ, ਅਸਲੀ ਰਾਹ ਦੱਸੋ। ਸਾਨੂੰ ਨਹੀਂ ਪਤਾ ਸੱਚੇ ਪਾਤਸ਼ਾਹ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲੈ ਗੁਰ ਚਾਲੀ, ਅਸੀਂ ਅੰਨੇ ਆ ਸਾਨੂੰ ਨਹੀਂ ਦਿਸਦਾ, ਕਿਵੇਂ ਤੁਹਾਡੀ ਵਾਲੀ ਚਾਲ ਕਿਵੇਂ ਚੱਲੀਏ, ਕਿਉਂ ਚੱਲੈ ਗੁਰ ਚਾਲੀ। ਇਹ ਤੇ ਤੁਸੀਂ ਕਿਰਪਾ ਕਰੋ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਕਿਤੇ ਆਪਣੇ ਪੱਲੇ ਨਾਲ ਜੋੜ ਲਓ, ਤੁਸੀਂ ਆਪਣੇ ਪੱਲੇ ਨਾਲ ਲਾ ਲਓ। ਅੰਨਾ ਅੰਨਾ ਬੰਦਾ ਜਿਹੜਾ ਉਹਨੂੰ ਤੁਸੀਂ ਐਡਰੈਸ ਕਿਸੇ ਥਾਂ ਦਾ ਵੀ ਦੇ ਦਿਓ, ਥੋੜਾ ਪਹੁੰਚ ਸਕੇਗਾ, ਜਿਹਨੂੰ ਦਿਸਦਾ ਹੀ ਨਹੀਂ ਉਹ ਐਡਰੈਸ ਤੇ ਕਿਵੇਂ ਪਹੁੰਚੇਗਾ। ਸਾਨੂੰ ਅਸੀਂ ਅੰਨੇ ਆ ਇਸ ਪਾਸੇ ਦਾ, ਸਾਨੂੰ ਪਤਾ ਨਹੀਂ। ਮਹਾਰਾਜ ਗਿਆਨ ਦੀ ਅੱਖ ਸਾਡੀ ਨਹੀਂ ਖੁੱਲੀ, ਸਾਨੂੰ ਨਹੀਂ ਪਤਾ ਕੀ ਸੱਚ ਹੈ ਕੀ ਝੂਠ ਹੈ। ਮਹਾਰਾਜ ਇਹ ਤਾਂ ਤੁਸੀਂ ਆਪਣਾ ਪੱਲਾ ਫੜਾ ਦਿਓ, ਇੱਕ ਅੰਨੇ ਨੂੰ ਇੱਕ ਸੁਜਾਖਾ ਆਪਣਾ ਪੱਲਾ ਫੜਾ ਦੇਵੇ, ਬਸ ਜਿੱਥੇ ਉਹ ਸੁਜਾਖਾ ਜਾਏਗਾ ਉਹ ਅੰਨੇ ਨੂੰ ਵੀ ਨਾਲ ਹੀ ਲੈ ਜਾਏਗਾ। ਮਹਾਰਾਜ ਤੁਸੀਂ ਛਡਾ ਸਕਦੇ ਹੋ ਸਾਨੂੰ, ਤੁਹਾਡਾ ਪੱਲਾ ਫੜ ਲਿਆ, ਹੁਣ ਗੁਰੂ ਦਾ ਪੱਲਾ ਫੜਨਾ ਕਿਵੇਂ ਹੈ? ਕੱਲਾ ਮੱਥਾ ਟੇਕਿਆ ਥੋੜਾ ਗੁਰੂ ਦਾ ਪੱਲਾ ਫੜਿਆ ਜਾਣਾ, ਜਾਂ ਅਸੀਂ ਗੁਰੂ ਦਾ ਰਮਾਲਾ ਸਾਹਿਬ ਫੜਨਾ, ਨਹੀਂ। ਪੱਲਾ ਫੜਨ ਦਾ ਮਤਲਬ ਕੀ ਹੈ? ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਗੁਰੂ ਆਪਣੇ ਪੱਲੇ ਨਾਲ ਲਾ ਲਵੇ ਤੇ ਪੱਲੇ ਨਾਲ ਕਿਵੇਂ ਲੱਗਿਆ ਜਾਂਦਾ? ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਹੈ ਉਹਨੂੰ, ਉਹਦੇ ਵਿੱਚ ਆਪਣਾ ਭਲਾ ਮੰਨੀਏ, ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾਈਏ, ਇਹੀ ਗੁਰੂ ਦਾ ਪੱਲਾ ਫੜਨਾ ਹੈ। ਜਿਹਨੇ ਗੁਰੂ ਦਾ ਪੱਲਾ ਫੜਨਾ ਉਹ ਗੁਰੂ ਦੇ ਬਚਨਾਂ ਨੂੰ ਫੜ ਲਵੇ, ਸਤਿਗੁਰੂ ਦੇ ਬਚਨ ਕਮਾਉਣੇ ਸ਼ੁਰੂ ਕਰ ਦੇਵੇ। ਇਹ ਹੈ ਸਤਿਗੁਰੂ ਨਾਲ ਜੁੜਿਆ,
ਗੁਰੂ ਨਾਲ ਜੁੜਿਆ ਕਿਵੇਂ ਜਾਂਦਾ? ਗੁਰੂ ਦੇ ਬਚਨ ਕਮਾ ਕੇ, ਸਤਿਗੁਰੂ ਦਾ ਬਚਨ ਮੰਨ ਕੇ ਤਾਂ ਗੱਲ ਬਣਦੀ ਹੈ। ਸੋ ਸਤਿਗੁਰੂ ਦੇ ਦਰ ਘਰ ਦੇ ਗੋਲੇ ਬਣੀਏ, ਸਤਿਗੁਰੂ ਦੇ ਅੱਗੇ ਆਪਣਾ ਆਪ ਸਮਰਪਣ ਕਰ ਦਈਏ, ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵ ਕੇ ਕਾਰਜ ਰਾਸ, ਸਤਿਗੁਰੂ ਅੱਗੇ ਆਪਣਾ ਆਪ ਸਮਰਪਣ ਕਰੀਏ ਤਾਂ ਹੀ ਗੱਲ ਬਣਦੀ ਹੈ। ਆਪਾਂ ਛੁਡਾ ਛੁਡਾ ਭੱਜਣੇ ਵੀ ਨਹੀਂ, ਆਪਾਂ ਵੀ ਬੜੇ ਸਿਆਣੇ ਆ, ਸਾਨੂੰ ਬੜਾ ਪਤਾ ਹੈ, ਪਰ ਨਹੀਂ, ਗੁਰ ਕੀ ਮੱਤ ਤੂੰ ਲਿਹੇ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ। ਸਾਡੀ ਸਿਆਣਪ ਨਹੀਂ ਕੰਮ ਆਉਣੀ, ਇੱਥੇ ਸਤਿਗੁਰੂ ਦੇ ਚਰਨਾਂ ਨਾਲ ਜਿਹੜਾ ਜੁੜ ਗਿਆ ਇਆਣਾ ਬਣ ਕੇ, ਮਹਾਰਾਜ ਮੈਨੂੰ ਨਹੀਂ ਕੁਛ ਪਤਾ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ, ਉਹ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਸਾ ਮਤ ਦੇਹੋ ਦਇਆਲ ਪ੍ਰਭ ਜਦ ਤੁਮ ਹੈ ਅਰਾਧਾ, ਚਾਚਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ। ਤੁਸੀਂ ਕਿਰਪਾ ਕਰੋ, ਸਾਨੂੰ ਨਹੀਂ ਗਿਆਨ, ਸਾਨੂੰ ਨਹੀਂ ਸਮਝ, ਪਰ ਤੁਸੀਂ ਸਮਝ ਦਿਓ, ਆਪਣੇ ਚਰਨਾਂ ਨਾਲ ਜੋੜੋ। ਇਹੀ ਅਰਦਾਸ ਕਰੀਏ, ਜਿਹਨਾਂ ਭਾਈ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਧੀਆਂ ਪੁੱਤਰ ਬਣੋ, ਮਾਣ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੁਹਾਡੇ ਵਰਗਾ ਹੈ ਹੀ ਨਹੀਂ ਕੋਈ ਸੰਸਾਰ। ਕਿੰਨੇ ਸਵਾ ਲੱਖ ਨਾਲ ਇੱਕ ਨੂੰ ਲੜਾਉਣਾ ਸੀ, 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 ਕਿੰਨੇ ਸਾਨੂੰ ਗਿੱਦੜਾਂ ਨੂੰ ਸ਼ੇਰ ਬਣਾਉਣਾ। ਆਪਣਾ ਬਣਾਇਆ ਤੁਸੀਂ ਪੱਲੇ ਨਾਲ ਲਾਇਆ, ਆਪਣਾ ਬਣਾਇਆ ਤੁਸੀਂ ਪੱਲੇ ਨਾਲ ਲਾਇਆ, ਆਪਣਾ ਬਣਾਇਆ ਤੁਸੀਂ ਪੱਲੇ ਨਾਲ ਲਾਇਆ, ਆਪਣਾ ਬਣਾਇਆ ਤੁਸੀਂ ਪੱਲੇ ਨਾਲ ਲਾਇਆ। ਰੁਲਦਿਆਂ ਫਿਰਦਿਆਂ ਨੂੰ ਬਾਦਸ਼ਾਹ ਬਣਾਇਆ, ਰੁਲਦਿਆਂ ਫਿਰਦਿਆਂ ਨੂੰ ਬਾਦਸ਼ਾਹ ਬਣਾਇਆ, ਲਈ ਜਿਹੜੀ ਤੁਸਾਂ ਨੇ ਲਈ ਜਿਹੜੀ ਤੁਸਾਂ ਨੇ ਉਹ ਜਾਗ ਕਿੰਨੇ ਲਾਉਣਾ, ਸ਼ੇਰ ਬਣਾਉਣਾ ਸੀ। ਕਲਗੀਧਰ ਦਸ਼ਮੇਸ਼ ਪਿਤਾ ਦੀ ਇਹ ਬਖਸ਼ਿਸ਼ ਹੈ।
ਗੱਲ ਤੁਰੇ ਕਲਗੀਆਂ ਵਾਲੇ ਦੀ, ਗੱਲ ਤੁਰੇ ਕਲਗੀਆਂ ਵਾਲੇ ਦੀ, ਕਲਗੀਆਂ ਵਾਲੇ ਦੀ, ਗੱਲ ਤੁਰੇ ਕਲਗੀਆਂ ਵਾਲੇ ਦੀ, ਗੱਲ ਤੁਰੇ, ਗੱਲ ਤੁਰੇ ਧੰਨਵਾਦ ਹੈ। ਆਪ ਜੀ ਨੇ ਬੜੇ ਪ੍ਰੇਮ ਨਾਲ ਬੈਠ ਕੇ ਸਰਵਣ ਕੀਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਿਓ, ਬੋਲਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ, ਅਣਜਾਣ ਬੱਚੇ ਜਾਣ ਕੇ ਖਿਮਾ ਕਰ ਲੈਣ। ਸਤਿਗੁਰੂ ਆਪਣੀ ਸੰਗਤ ਦੀ ਸੇਵਾ ਇਸੇ ਤਰ੍ਹਾਂ ਸਾਰਿਆਂ ਤੋਂ, ਸਾਰੇ ਜਥੇ ਤੋਂ ਲੈਂਦੇ ਰਹਿਣ।